ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ 11 ਲੱਖ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਤੇ ਦੂਜੇ ਪਾਸੇ ਬੇਰੋਜ਼ਗਾਰੀ ਇੰਨੀ ਵੱਧ ਗਈ ਆ ਕਿ ਅੱਜ ਦੇ ਨੌਜਵਾਨ ਪੈਸਿਆਂ ਲਈ ਕਿਡਨੈਪਿੰਗ ਕਰਨ ਲੱਗ ਪਏ ਨੇ। 2,36,000 ਤਾਂ ਪ੍ਰਾਈਵੇਟ ਨੌਕਰੀਆਂ ਦਾ ਪ੍ਰਬੰਧ ਹੋਇਆ, 34 ਅਸੀਂ ਵੱਡੇ ਇੰਡਸਟਰੀਆਂ ਨਾਲ ਇੰਕਲੂਡਿੰਗ ਫਿੱਕੀ, ਇੰਕਲੂਡਿੰਗ ਐਸੋਚੈਮ ਵਗੈਰਾ, ਲੁਧਿਆਣੇ ਦੀ ਬੜੀ ਇੰਡਸਟਰੀ ਹੈ, ਉਹਨੇ ਸਾਰਿਆਂ ਦੇ ਨਾਲ MOU ਅਸੀਂ ਕੀਤੇ ਨੇ। 43,000 ਹੋਰ ਸਰਕਾਰੀ ਨੌਕਰੀਆਂ, 50,000 ਨੌਕਰੀਆਂ ਹੋ ਜਾਣੀਆਂ ਨੇ ਪੰਜਾਬ ਸਰਕਾਰ ਦੀਆਂ। ਮਾਮਲਾ ਜਲਾਲਾਬਾਦ ਦਾ, ਜਿੱਥੇ ਇੱਕ ਫੈਕਟਰੀ ਵਿੱਚ ਕੰਮ ਕਰਦੇ ਨੌਜਵਾਨ ਨੇ ਫੈਕਟਰੀ ਦੇ ਮਾਲਕ ਦੇ ਬੱਚੇ ਨੂੰ ਹੀ ਕਿਡਨੈਪ ਕਰ ਲਿਆ ਤੇ ਪਰਿਵਾਰ ਤੋਂ ਪੈਸਿਆਂ ਦੀ ਮੰਗ ਕੀਤੀ ਤੇ ਪੈਸੇ ਨਾ ਮਿਲਣ ਤੇ ਬੱਚੇ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਤੇ ਹੁਣ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਸ ਕਿਡਨੈਪਿੰਗ ਵਿੱਚ ਹੋਰ ਕੌਣ ਕੌਣ ਸ਼ਾਮਿਲ ਸੀ। ਮਨ ਇਸੇ ਸਮੇਤ ਸਾਥੀ ਕਰਨ ਜਾ ਰਹੇ ਹਾਂ ਭਗਵਾਨ ਪਰਸ਼ੁਰਾਮ ਚੌਂਕ 'ਚ ਮੌਜੂਦ ਸੀ ਜੀ, ਤਾਂ ਦੀਪਕ ਕੁਮਾਰ ਪੁੱਤਰ ਰਕੇਸ਼ ਕੁਮਾਰ ਨੇ ਮੇਰੇ ਪਾਸੇ ਬਿਆਨ ਲਿਖਾਇਆ ਕਿ ਇੱਕ ਮੁੰਡਾ ਜੋ ਮੁੜ ਕੇ ਵਾਰ ਵਾਰ ਮੈਸੇਜ ਮੈਨੂੰ ਕਰ ਰਿਹਾ ਅਤੇ ਫਿਰੌਤੀ ਦੀ ਮੰਗ ਕਰ ਰਿਹਾ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਤੈਨੂੰ ਜਾਂ ਤੇਰੇ ਲੜਕੇ ਨੂੰ ਜਾਂ ਤੋਂ ਮਾਰ ਦਿਆਂਗੇ। ਅਤੇ ਮੈਂ ਬਿਆਨ ਉਹਦਾ ਲਿਖ ਕੇ ਉਹਦੇ ਬਿਆਨ ਮੁਤਾਬਕ ਜਾ ਕੇ ਰੇਡ ਕੀਤਾ, ਬੰਦੇ ਨੂੰ ਗ੍ਰਿਫਤਾਰ ਕਰਕੇ ਲਿਆ ਕੇ ਬਾਂਦਾ ਵਾਲਾ ਥਾਣਾ ਕਰਾਤਾ, ਅੱਜ ਪੇਸ਼ ਅਦਾਲਤ ਕੀਤਾ ਜਿਸ ਦਾ ਰਿਮਾਂਡ ਦੋਵਾਂ ਦਾ ਹਾਸਲ ਕੀਤਾ ਗਿਆ, ਬਾਕੀ ਅਜੇ ਪੁੱਛ ਗਿੱਛ ਜਾਰੀ ਹੈ ਜੀ। ਸਰ ਇਕੱਲਾ ਹੀ ਬੰਦਾ ਸੀ, ਵਨ ਮੈਨ ਆਰਮੀ ਸੀ ਜਾਂ ਹੋਰ ਵੀ ਲੋਕ? ਨਹੀਂ, ਉਹ ਅਜੇ ਪੁੱਛ ਗਿੱਛ ਕਰਨੀ ਹੈ ਜੀ, ਪੁੱਛਗਿੱਛ ਕਰਨੀ ਹੈ। ਉਸ ਤੋਂ ਬਾਅਦ ਦੇਖਾਂਗੇ ਜੇ ਮੋਬਾਈਲ ਬਰਾਮਦ ਕਰਨੇ, ਜਿਹੜੇ ਮੋਬਾਈਲਾਂ 'ਤੇ ਕਾਲਾਂ ਕਰਦਾ ਰਿਹਾ ਜੀ, ਜਾਂ ਹੋਰ ਕੋਈ ਬੰਦੇ ਇਹਦੇ ਨਾਲ ਜੁੜੇ ਹੋਏ ਨੇ ਜਾਂ ਕਿਸੇ ਹੋਰ ਨੇ ਕਾਲਾਂ ਕੀਤੀਆਂ ਜਾਂ ਨਹੀਂ ਕੀਤੀਆਂ ਜੀ? ਦੱਸਿਆ ਜਾਂਦਾ ਵੀ ਬੰਦਾ ਪੜ੍ਹਿਆ ਲਿਖਿਆ, ਕਾਫੀ ਪੜ੍ਹਿਆ ਲਿਖਿਆ? ਹਾਂਜੀ, ਪੜ੍ਹਿਆ ਲਿਖਿਆ ਤਾਂ ਹੈ ਪਰ ਮਤਲਬ ਕਿ ਗਲਤ ਰਸਤੇ 'ਤੇ ਆ ਗਿਆ ਹੁਣ। ਠੀਕ ਹੈ। ਜਦੋਂ ਇਸ ਕਿਡਨੈਪਰ ਨੂੰ ਪੁੱਛਿਆ ਗਿਆ ਕਿ ਤੂੰ ਕਿਡਨੈਪਿੰਗ ਕਿਉਂ ਕੀਤੀ ਤਾਂ ਇਸ ਦਾ ਜਵਾਬ ਸੀ ਕਿ ਮੇਰਾ ਦਿਮਾਗ ਫਿਰ ਗਿਆ ਸੀ ਤੇ ਅਸਲ ਵਿੱਚ ਇਹ ਉਹ ਨੌਜਵਾਨ ਨੇ ਜੋ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਬੇਰੋਜ਼ਗਾਰ ਨੇ, ਜੋ ਬੇਰੋਜ਼ਗਾਰੀ ਨੇ ਸਤਾਏ ਹੋਏ ਨੇ। ਸੋ ਲੋੜ ਹੈ ਸਾਡੀਆਂ ਸਰਕਾਰਾਂ ਨੂੰ ਇਹਨਾਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਕੇ ਇਹਨਾਂ ਨੂੰ ਇੱਕ ਚੰਗੇ ਰਾਹ ਪਾਉਣ ਦੀ। ਤੁਹਾਨੂੰ ਤੁਹਾਡੇ ਤੇ ਜਿਹੜਾ ਕਿ ਮਾਮਲਾ ਦਰਜ ਕੀਤਾ ਗਿਆ, ਕੀ ਮਾਮਲਾ ਕੀ ਹੈ? ਸਰ ਮੈਂ ਕੋਲ ਗਲਤੀ ਹੋ ਗਈ, ਫਿਰੌਤੀ ਮੰਗ ਬੈਠਾ ਸੀਗਾ ਜੀ। ਸਰ ਮੈਂ ਗਲਤੀ ਨਾਲ ਫਿਰੌਤੀ ਮੰਗ ਬੈਠਾ ਸੀਗਾ। ਕਿੰਨੀ ਫਿਰੌਤੀ ਮੰਗੀ ਸੀ? ਸਰ 3,00,000 ਮੰਗੀ ਸੀਗੀ। 3,00,000? ਹਾਂਜੀ। ਇਹ ਪਹਿਲਾਂ ਤੁਸੀਂ ਇਹਨਾਂ ਕੋਲ ਕੰਮ ਕਰਦੇ ਸੀ ਦੁਕਾਨ ਤੇ? ਹਾਂਜੀ ਹਾਂਜੀ। ਕਿੰਨੇ ਸਾਲ? ਸਰ ਕਿਤੇ ਕਿ 4 ਸਾਲ ਦੇ ਗਏ ਜੀ। 4 ਸਾਲ? ਹਾਂਜੀ। ਫਿਰੌਤੀ ਕੀ ਬੱਚੇ ਨੂੰ ਗਵਾਹ ਕਰਨ ਦੀ ਮੰਗੀ ਸੀ? ਨਹੀਂ ਨਹੀਂ ਸਰ, ਇਦਾਂ ਕੋਈ ਨਹੀਂ। ਹੋਰ ਕਾਹਦੀ ਮੰਗੀ ਸੀ? ਬਸ ਇਹ ਸੀਗਾ, ਮੈਨੂੰ ਪੈਸੇ ਉੱਤੇ ਬਸ ਮੁੰਡੇ ਨੂੰ ਜਾਣਾ ਮੰਗਦੇ। ਪੰਜਾਬੀ ਟੀਵੀ।